ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਦੋਸਤੋ ਤੁਸੀਂ, ਸ਼ਾਮਲ ਹੋ ਗੁਰਪ੍ਰੀਤ ਸਿੰਘ ਦੇ ਨਾਲ ਅਪਡੇਟ ਕੈਨੇਡਾ ਸੈਗਮੈਂਟ ਵਿੱਚ। ਅੱਜ ਦੇ ਸੈਗਮੈਂਟ ਵਿੱਚ ਇੱਕ ਖਾਸ ਮਹਿਮਾਨ ਨਾਲ ਗੱਲਬਾਤ ਕਰਾਂਗੇ ਖਾਸ ਵਿਸ਼ੇ 'ਤੇ। ਇਸ ਵੇਲੇ ਕੈਨੇਡਾ ਵਿੱਚ ਚੋਣ ਦੰਗਲ ਮਗਿਆ ਹੋਇਆ ਪੂਰੀ ਤਰ੍ਹਾਂ। 21 ਅਕਤੂਬਰ ਨੂੰ ਵੋਟਾਂ ਪੈਣਗੀਆਂ। ਇੱਥੋਂ ਦੀਆਂ ਕੁਛ ਸਿੱਖ ਜਥੇਬੰਦੀਆਂ ਨੇ, ਖਾਸ ਤੌਰ 'ਤੇ BC ਅਤੇ ਓਨਟੈਰੀਓ ਦੇ ਗੁਰੂ ਘਰਾਂ ਨੇ, ਇੱਕ 5 ਨੁਕਾਤੀ ਮੈਨੀਫੈਸਟੋ ਤਿਆਰ ਕੀਤਾ, ਜਿਸ ਵਿੱਚ ਕੁਛ 5 ਤਿੱਖੇ ਸਵਾਲ ਤਿਆਰ ਕੀਤੇ ਗਏ ਨੇ। ਸਭ ਤੋਂ ਪਹਿਲਾ ਸਵਾਲ ਬਿੱਲ 21 ਬਾਰੇ ਹੈ, ਜਿਹੜਾ ਕੁਬੈਕ ਦੇ ਵਿੱਚ ਵਿਵਾਦਗ੍ਰਸਤ ਬਿੱਲ ਲਿਆਇਆ ਗਿਆ ਉਸ ਸੰਬੰਧੀ। ਸੋ ਵੱਖ ਵੱਖ ਚੋਣ ਉਮੀਦਵਾਰਾਂ ਅਤੇ ਪਾਰਟੀ ਦੇ ਨੇਤਾਵਾਂ ਨੂੰ ਜਵਾਬਦੇਹ ਬਣਾਇਆ ਜਾ ਰਿਹਾ। ਜਿਹੜੇ ਵੀ ਗੁਰੂ ਘਰਾਂ ਵਿੱਚ ਆ ਕੇ ਸਟੇਜ 'ਤੇ ਖੜ ਕੇ ਚੋਣ ਪ੍ਰਚਾਰ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪਿਆ ਕਰਨਗੇ। ਉਹਨਾਂ ਨੂੰ ਕਟਹਿਰੇ 'ਚ ਖੜਾਉਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ। ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਸਾਲ। ਇਸ ਮੌਕੇ 'ਤੇ ਉਹਨਾਂ ਦੀ ਜਿਹੜੀ ਸੋਚ ਸੀ, ਜਿਸ ਦੇ ਮੁਤਾਬਕ ਉਹਨਾਂ ਨੇ ਲੋਕਾਂ ਨੂੰ ਜ਼ੁਲਮ ਦੇ ਖਿਲਾਫ ਖੜਨ ਲਈ ਹੋਕਾ ਦਿੱਤਾ, ਬਾਬਰ ਨੂੰ ਜਾਬਰ ਕਹਿਣ ਦੀ ਜ਼ੁਰਤ ਸੀ ਗੁਰੂ ਨਾਨਕ ਸਾਹਿਬ ਦੇ ਵਿੱਚ, ਉਸ ਸੋਚ ਦੇ ਅਨੁਸਾਰ ਜਿਹੜੇ ਸਿੱਖ ਜਿਹੜੇ ਸੰਗਠਨ ਨੇ, ਜਥੇਬੰਦੀਆਂ ਨੇ, ਉਹਨਾਂ ਨੇ ਇਹ ਤੈਅ ਕੀਤਾ ਕਿ ਕਿਉਂ ਨਾ ਇਹਨਾਂ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਵੇ। ਸੋ ਇਸ ਕੋਸ਼ਿਸ਼ ਬਾਰੇ ਖਾਸ ਗੱਲਬਾਤ ਕਰਨਗੇ ਸਾਡੇ ਨਾਲ ਸਾਡੇ ਪੱਤਰਕਾਰ ਸਾਥੀ ਗੁਰਪ੍ਰੀਤ ਸਿੰਘ ਸਹੋਤਾ, ਜਿਹੜੇ ਚੜ੍ਹਦੀ ਕਲਾ ਅਖਬਾਰ ਦੇ ਐਡੀਟਰ ਨੇ, ਸਵਰਾਜ ਰੇਡੀਓ ਨਾਲ ਵੀ ਜੁੜੇ ਹੋਏ ਨੇ। ਅਤੇ ਇਸ ਤੋਂ ਇਲਾਵਾ ਵੇਕਅਪ ਸਰੀ ਨਾਂ ਦਾ ਗਰੁੱਪ ਵੀ ਉਹਨਾਂ ਨੇ ਖੜਾ ਕੀਤਾ, ਜਿਹੜਾ ਕਿ ਪ੍ਰੈਸ਼ਰ ਗਰੁੱਪ ਹੈ। ਆਓ ਦੋਸਤੋ, ਉਹਨਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਉਹਨਾਂ ਦੇ ਨਾਲ ਇਸ ਬਾਰੇ ਵਿਸ਼ੇਸ਼ ਗੱਲਬਾਤ ਕਰੀਏ। ਗੁਰਪ੍ਰੀਤ ਸਹੋਤਾ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਨਿੱਘੀ ਜੀ ਹੈ। ਧੰਨਵਾਦ ਜੀ ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਗੁਰਪ੍ਰੀਤ, ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ, ਜਿਹੜਾ ਇਹ 5 ਨੁਕਾਤੀ ਮੈਨੀਫੈਸਟੋ ਹੈ, ਇਸ ਦੇ ਬਾਰੇ ਜੇ ਬਰੋਡਲੀ ਸਾਡੇ ਸੁਣਨ ਵਾਲਿਆਂ ਨੂੰ ਦੱਸ ਸਕੋ ਕਿ ਇਸ ਦੀ ਕੀ ਅਹਿਮੀਅਤ ਹੈ। ਜਿਹੜੇ ਇਹ ਇੱਕ ਕਹਿ ਲਓ ਕਿ ਐਲਾਨ ਪੱਤਰ ਨੂੰ ਆਪਾਂ ਕਹਿ ਸਕਦੇ ਹਾਂ ਕਿ ਹੁੰਦਾ ਕੀ ਹੈ ਕਿ ਆਪਾਂ ਅਕਸਰ ਵੈਸੇ ਗੱਲਾਂ ਕਰਦੇ ਰਹਿੰਦੇ ਹਾਂ, ਮੰਗਾਂ ਕਰਦੇ ਰਹਿੰਦੇ ਹਾਂ, ਪਰ ਜਦੋਂ ਕੋਈ ਮੌਕਾ ਆਉਂਦਾ ਸਹੀ ਜਿੱਥੇ ਕਿ ਢੁਕਵੇਂ ਤਰੀਕੇ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ, ਉਦੋਂ ਸਾਡੇ ਕੋਲ ਕੁਛ ਲਿਖਤੀ ਦਸਤਾਵੇਜ਼ ਨਹੀਂ ਹੁੰਦਾ ਜਿਹੜਾ ਕਿ ਅਸੀਂ ਪੁੱਛ ਸਕੀਏ ਕਿਸੇ ਨੂੰ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਆ। ਇਸ ਗੱਲੋਂ ਇੰਗਲੈਂਡ ਦੇ ਸਿੱਖਾਂ ਨੇ ਪਹਿਲ ਕੀਤੀ ਤੇ ਉਹਨਾਂ ਨੇ ਇੱਕ ਅਜਿਹਾ ਜਿਹੜਾ ਡੈਕਲਾਰੇਸ਼ਨ ਸੀਗਾ, ਇੱਕ ਐਲਾਨਨਾਮਾ ਸੀਗਾ ਜਾਰੀ ਕੀਤਾ, ਤਾਂ ਕਿ ਜਿਹੜੇ ਇੰਗਲੈਂਡ ਦੇ ਵਿੱਚ ਰਾਜਨੀਤਿਕ ਲੋਕ ਗੁਰਦੁਆਰਿਆਂ ਦੇ ਵਿੱਚ ਆ ਕੇ ਬੋਲਦੇ ਸੀਗੇ ਜਾਂ ਉਹ ਸਿੱਖ ਜਥੇਬੰਦੀਆਂ ਨਾਲ ਰਾਬਤਾ ਰੱਖਦੇ ਸੀ ਕਿ ਤੁਸੀਂ ਸਾਡੀ ਸਪੋਰਟ ਕਰੋ, ਤੇ ਉਹਨਾਂ ਦੇ ਮੂਹਰੇ ਰੱਖਿਆ ਗਿਆ ਮੰਗਾਂ ਉੱਥੋਂ ਦੇ ਇੰਗਲੈਂਡ ਦੇ ਸਿੱਖਾਂ ਨਾਲ ਸੰਬੰਧਿਤ ਜਿਹੜੀਆਂ ਸੀਗੀਆਂ ਕਿ ਤੁਸੀਂ ਦੱਸੋ ਭਰਾ ਤੁਹਾਡਾ ਸਟੈਂਡ ਕੀ ਹੋਊਗਾ ਜੇ ਤੁਸੀਂ ਜਿੱਤਦੇ ਆ ਤਾਂ। ਸੋ ਉਹ ਗੱਲ ਨੂੰ ਅੱਗੇ ਵਧਾਉਂਦੇ ਆ ਕੈਨੇਡਾ ਦੇ ਸਿੱਖਾਂ ਨੇ, BC ਦੇ ਸਿੱਖਾਂ ਨੇ, ਕਿਉਂਕਿ ਹੁਣ ਇਲੈਕਸ਼ਨ ਕੈਨੇਡਾ ਵਿੱਚ 21 ਅਕਤੂਬਰ ਨੂੰ ਹੋਣ ਜਾ ਰਹੀ ਆ। ਸਾਰੀਆਂ ਪਾਰਟੀਆਂ ਹੁਣ ਆ ਕੇ ਕਹਿ ਰਹੀਆਂ ਕਿ ਅਸੀਂ ਤੁਹਾਡੇ ਬਹੁਤ ਖੈਰ ਖਵਾਹ ਹੈਗੇ ਆ, ਸਾਰੇ ਸਿਆਸਤਦਾਰ ਇਹ ਕਹਿੰਦੇ ਵੀ ਮੇਰੇ ਤੋਂ ਤਾਂ ਵੱਧ ਸਖਾ ਤੁਹਾਡਾ ਹੈ ਹੀ ਕੋਈ ਨੀ। ਸੋ ਉਸ ਵੇਲੇ ਜਿਹੜੇ ਇੱਕ ਇਹ 5 ਨਕਾਤੀ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਲਿਖਿਆ ਗਿਆ ਹੈਗਾ, ਇਹਦੇ ਵਿੱਚ ਜਿਹੜੀ ਪਹਿਲੇ ਪੱਧਰ ਤੇ ਗੱਲ ਕੀਤੀ ਗਈ ਉਹ ਬਿੱਲ 21 ਬਾਰੇ ਆ। ਕੈਨੇਡਾ ਸੂਬਾ ਕੁਬੈਕ ਜਿਹੜਾ ਕਿ ਅੱਡ ਹੋਣਾ ਚਾਹੁੰਦੇ ਆ, ਲੋਕੀ ਫਰਾਂਸੀਸੀ ਬੋਲੀ ਦੇ ਆਧਾਰ ਦੇ ਉੱਤੇ ਬਣਿਆ ਹੈਗਾ ਸੂਬਾ ਉਹ, ਤੇ ਉੱਥੋਂ ਦੇ ਲੋਕ ਅੱਡ ਹੋਣਾ ਚਾਹੁੰਦੇ ਆ। ਉੱਥੇ ਬਹੁਤ ਸਾਰੇ ਜਿਹੜੇ ਆ ਧਾਰਮਿਕ ਚਿੰਨ ਪਹਿਨ ਦੇ ਉੱਤੇ ਪਾਬੰਦੀ ਲਾਈ ਹੋਈ ਆ, ਤੇ ਉਹਦੇ ਸੰਬੰਧੀ ਜਿਹੜਾ ਕਿ ਬਿੱਲ 21 ਹੈਗਾ ਜੀ, ਇੱਕ ਰੇਸਿਸਟ ਬਿੱਲ ਜਿਹਨੂੰ ਸਮਝਿਆ ਜਾਂਦਾ ਹੈਗਾ, ਉਹਦੇ ਬਾਰੇ ਸਵਾਲ ਜਿਹੜੇ ਆ 3 ਪਾਰਟੀਆਂ ਦੇ ਆਗੂਆਂ ਨੂੰ ਪੁੱਛੇ ਗਏ ਆ ਕਿ ਤੁਸੀਂ ਸਾਨੂੰ ਪੁੱਛ ਕੇ ਦੱਸੋ ਆਪਣੀ ਪੋਲੀਟੀਕਲ ਪਾਰਟੀ ਦੇ ਨਾਲ ਕਿ ਤੁਸੀਂ ਜਿਹੜਾ ਬਿੱਲ 21 ਆ ਇਹਦਾ ਸਮਰਥਨ ਕਰਦੇ ਆ ਜਾਂ ਤੁਸੀਂ ਇਹਦਾ ਵਿਰੋਧ ਕਰਦੇ ਆ। ਇਸ ਤੋਂ ਇਲਾਵਾ ਦੂਜਾ ਜਿਹੜਾ ਨੁਕਤਾ ਹੈਗਾ ਜੀ, ਉਹ 2018 ਦੇ ਜਿਹੜੀ ਪਬਲਿਕ ਰਿਪੋਰਟ ਲਿਬਰਲ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀ ਟੈਰੋਰਿਜ਼ਮ ਥ੍ਰੈਟ ਟੂ ਕੈਨੇਡਾ, ਉਹਦੇ ਵਿੱਚ ਬਿਨਾਂ ਕਿਸੇ ਕਾਰਨ ਸਿੱਖਾਂ ਦਾ ਜ਼ਿਕਰ ਕਰ ਦਿੱਤਾ ਗਿਆ ਸੀਗਾ, ਬਹੁਤ ਵਿਰੋਧ ਹੋਇਆ। ਉਸ ਵਿਰੋਧ ਤੋਂ ਬਾਅਦ ਜਿਹੜਾ ਆ ਨਾਂ ਹਟਾਉਣਾ ਪੈ ਗਿਆ, ਵਿੱਚੋਂ ਸਿੱਖਾਂ ਦਾ ਜ਼ਿਕਰ ਹਟਾਉਣਾ ਪੈ ਗਿਆ, ਪਰ ਉਹਦੇ ਬਾਰੇ ਹੁਣ ਜਿਹੜੇ ਸਵਾਲ ਕੀਤੇ ਗਏ ਹੈਗੇ ਕਿ ਤੁਸੀਂ ਦੱਸੋ ਵੀ ਇਹ ਨਾਂ ਪਾਇਆ ਕਿਉਂ ਸੀਗਾ, ਕਿਹਦੇ ਕਹਿਣ ਤੇ ਪਾਇਆ ਸੀਗਾ, ਇਹੋ ਜਿਹੀ ਕੀ ਗੱਲ ਸੀਗੀ, ਤੁਹਾਨੂੰ ਕੀ ਸੂਝ ਮਿਲੀ ਸੀਗੀ। ਸੋ ਉਹਦੇ ਬਾਰੇ ਜਿਹੜੀਆਂ 3 ਪਾਰਟੀਆਂ ਤੋਂ ਸਵਾਲ ਕੀਤੇ ਗਏ ਆ, NDP ਨੂੰ, ਲਿਬਰਲ ਨੂੰ, ਕੰਜ਼ਰਵੇਟਿਵ ਨੂੰ, ਅੱਡ ਹੈਗੇ ਆ ਜਿਹੜੇ ਕਿ ਬਹੁਤ ਵੱਡੇ ਆ, ਮੈਂ ਪੜ੍ਹ ਕੇ ਨਹੀਂ ਸੁਣਾ ਸਕਦਾ। ਇਹਦੇ ਨਾਲ ਹੀ ਬਾਹਰੀ ਦਖਲ ਅੰਦਾਜ਼ੀ ਦੀ ਗੱਲ ਚੱਲੀ ਹੈ ਜੀ। ਕੈਨੇਡਾ ਦੀਆਂ ਜਿਹੜੀਆਂ ਸੂਹੀਆਂ ਏਜੰਸੀਆਂ ਹੈਗੀਆਂ ਉਹਨਾਂ ਨੇ ਚੋਣਾਂ ਤੋਂ 2 ਮਹੀਨੇ ਪਹਿਲਾਂ ਹੀ ਸ਼ੁਰੂ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਕੁੱਝ ਮੁਲਕ ਜਿਹੜੇ ਆ ਜਿਹਨਾਂ ਵਿੱਚ ਭਾਰਤ ਅਤੇ ਚੀਨ ਦਾ ਨਾਮ ਵੀ ਉਹਨਾਂ ਨੇ ਲਿਆ ਸੀਗਾ, ਕਿ ਉਹ ਇਸ ਵਾਰ ਦੀਆਂ ਦਖਲ ਅੰਦਾਜ਼ੀ ਕਰ ਸਕਦੀ ਹੈ, ਤੇ ਇਹੋ ਜਿਹੇ ਕੁੱਝ ਗੱਲਾਂ ਉਹਨਾਂ ਦੇ ਸਾਹਮਣੇ ਵੀ ਆਈਆਂ। ਕੁੱਝ ਇੱਥੋਂ ਦੇ ਜਿਹੜੇ ਮੇਨ ਸਟ੍ਰੀਮ ਅਖਬਾਰ ਹੈਗੇ ਆ ਉਹਨਾਂ ਨੇ ਇਹ ਗੱਲਾਂ ਬਾਹਰ ਲੈ ਕੇ ਆਉਂਦੀਆਂ ਕਿ ਕਿਵੇਂ ਬਾਹਰਲੇ ਮੁਲਕਾਂ ਦੇ ਜਿਹੜੇ ਇੰਟੈਲੀਜੈਂਸ ਅਫੀਸ਼ਲਸ ਹੈਗੇ ਆ, ਡਿਪਲੋਮੈਟਸ ਹੈਗੇ ਆ, ਇੱਥੇ ਲੋਕਲ ਕਮਿਊਨਿਟੀ ਨਾਲ ਮਿਲ ਕੇ ਇਹ ਤੈਅ ਕਰਦੇ ਆ ਕਿ ਕਿਹੜੇ ਬੰਦੇ ਨੂੰ ਟਿਕਟ ਮਿਲਣੀ ਹੈ, ਕਿਹੜੇ ਨੂੰ ਨਹੀਂ ਮਿਲਣੀ, ਤਾਂ ਕਿ ਜਿਹੜਾ ਬੰਦਾ ਉਹਨਾਂ ਦੇ ਉਹਨਾਂ ਦਾ ਹੱਥ ਥੋਕਾ ਆ ਉਹਨੂੰ ਟਿਕਟ ਮਿਲੇ, ਉਹੀ ਜਿੱਤੇ, ਤਾਂ ਕਿ ਫਿਰ ਉਹਨਾਂ ਦੇ ਰਾਹੀਂ ਬਾਹਰਲੀਆਂ ਸਰਕਾਰਾਂ ਨੂੰ ਆਪਣੇ ਕੰਮ ਕਰਾਉਣੇ ਕਢਾਉਣੇ ਸੌਖੇ ਹੋ ਜਾਣ, ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਉਹਨਾਂ ਨੂੰ ਦਬਾਉਣਾ ਸੌਖਾ ਹੋ ਜਾਵੇ। ਸੋ ਇਹਦੇ ਬੰਦੀ ਸਵਾਲ ਵੀ ਜਿਹੜਾ ਪੁੱਛਿਆ ਗਿਆ ਜੀ। ਫਿਰ ਗੱਲ ਹੁੰਦੀ ਹੈ ਸਿੱਖਾਂ ਦੀ ਸੈਲਫ ਡਿਟਰਮੀਨੇਸ਼ਨ ਦੀ, ਤੇ ਲੰਮੇ ਸਮੇਂ ਤੋਂ ਸਿੱਖ ਜਿਹੜੇ ਆ ਉਹ
ਖੁਦ ਮੁਖਤਿਆਰੀ ਦੀ ਮੰਗ ਕਰਦੇ ਆ ਰਹੇ ਆ, ਕਸ਼ਮੀਰੀ ਜਿਹੜੇ ਆ ਉਹ ਖੁਦ ਮੁਖਤਿਆਰੀ ਦੀ ਮੰਗ ਕਰਦੇ ਆ ਰਹੇ ਆ, ਭਾਰਤ ਵਿੱਚ ਹੋਰ ਬਹੁਤ ਸਾਰੀਆਂ ਕੌਮਾਂ ਜਿਹੜੀਆਂ ਹੈਗੀਆਂ ਉਹ ਵੀ ਇਹ ਚਾਹੁੰਦੀਆਂ ਕਿ ਸਾਨੂੰ ਖੁਦ ਮੁਖਤਿਆਰੀ ਜਿਹੜੀ ਆ ਮਿਲੇ। ਅਤੇ ਹੁਣ ਸਪੈਸ਼ਲੀ ਜਿਹੜਾ ਕਸ਼ਮੀਰ ਦੇ ਵਿੱਚ ਧਾਰਾ 370 ਰੱਦ ਕੀਤੀ ਗਈ ਹੈ, ਭੰਗ ਕੀਤੀ ਗਈ ਆ, ਕਸ਼ਮੀਰ ਦੇ 80 ਲੱਖ ਲੋਕਾਂ ਨੂੰ ਇੱਕ ਖੁੱਲ੍ਹੀ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜੀ, ਉਹਦੇ ਬਾਰੇ ਵੀ ਇਹ ਸਵਾਲ ਪੁੱਛੇ ਗਏ ਆ ਕਿ ਤੁਸੀਂ ਦੱਸੋ ਕਿ ਇਹ ਜਿਹੜੀ ਸੈਲਫ ਡਿਟਰਮੀਨੇਸ਼ਨ ਅੱਡ ਅੱਡ ਕੌਮਾਂ ਵੱਲੋਂ ਮੰਗੀ ਜਾਂਦੀ ਆ, ਚਾਹੇ ਉਹ ਸਿੱਖ ਨੇ, ਚਾਹੇ ਉਹ ਤਾਮਿਲ ਨੇ, ਚਾਹੇ ਉਹ ਕੈਰਲੋਨੀਆ ਦੇ ਜਾਂ ਕੁਰਦ ਨੇ ਜਾਂ ਫਲਸਤੀਨੀ ਨੇ, ਉਹਨਾਂ ਬਾਰੇ ਤੁਹਾਡਾ ਜਿਹੜਾ ਸਟੈਂਡ ਆ ਉਹ ਕੀ ਹੋਣਾ। ਇਸ ਦੇ ਨਾਲ ਹੀ ਕਨੇਡਾ ਜਿਹੜੀ ਆ, ਕਨੇਡਾ ਦੇ ਵਿੱਚ ਗੱਲ ਪੰਜਵਾਂ ਜਿਹੜਾ ਨੁਕਤਾ ਆ ਮੂਲ ਨਿਵਾਸੀਆਂ ਦਾ, ਇਹ ਗੱਲ ਸਭ ਨੂੰ ਪਤਾ ਹੋਣੀ ਚਾਹੀਦੀ ਆ ਕਿ ਜਿਹੜਾ ਕੈਨੇਡਾ ਹੈਗਾ ਆ ਇਹ ਕਿਸੇ ਦਾ ਵੀ ਮੁਲਕ ਨਹੀਂ ਛੁੱਟ ਮੂਲ ਨਿਵਾਸੀਆਂ ਤੋਂ, ਬਾਕੀ ਸਾਰੇ ਜਿਹੜੇ ਇੱਥੇ ਕਦੇ ਨਾ ਕਦੇ ਪ੍ਰਵਾਸ ਕਰਕੇ ਪਹੁੰਚੇ ਆ, ਹੋ ਸਕਦਾ ਕੋਈ 200 ਸਾਲ ਪਹਿਲਾਂ ਆ ਗਿਆ ਹੋਵੇ, ਕੋਈ 100 ਸਾਲ ਜਾਂ ਕੋਈ 10 ਸਾਲ ਪਹਿਲਾਂ, ਪਰ ਹੈ ਸਾਰੇ ਹੀ ਪ੍ਰਵਾਸੀ ਜਿਹੜੇ ਅਸਲੀ ਧਰਤੀ ਦੇ ਮਾਲਕ ਲੋਕ ਨੇ, ਉਹ ਐਬੋਰੀਜਨਲ ਜਿਹਨਾਂ ਨੂੰ ਇੰਡੀਜਨਸ ਜਾਂ ਮੂਲ ਨਿਵਾਸੀ ਆਪਾਂ ਕਹਿੰਦੇ ਹਾਂ, ਉਹਨਾਂ ਦੇ ਨਾਲ ਬਹੁਤ ਧੱਕਾ ਹੋਇਆ ਇੱਥੇ, ਉਹਨਾਂ ਦੀ ਬੋਲੀ, ਉਹਨਾਂ ਦਾ ਵਿਰਸਾ, ਉਹਨਾਂ ਦਾ ਸੱਭਿਆਚਾਰ, ਪਿੱਛੋਂ ਤੱਕ ਕਿ ਉਹਨਾਂ ਨੂੰ ਖੁਦ ਸਰੀਰਕ ਤੌਰ ਦੇ ਉੱਤੇ ਖਤਮ ਕਰਨ ਦੇ ਵਾਸਤੇ ਬਹੁਤ ਹੀ ਗਲਤ ਤਰੀਕੇ ਜਿਹੜੇ ਆ ਵਰਤੇ ਗਏ ਆ। ਅਤੇ ਜਿਉਂ ਜਿਉਂ ਇਹ ਗੱਲਾਂ ਸਾਰੀਆਂ ਬਾਹਰ ਆਉਂਦੀਆਂ ਤਾਂ ਆਪਣੇ ਆਪ ਦੇ ਉੱਤੇ ਲੋਕ ਸ਼ਰਮਸਾਰ ਹੋ ਰਹੇ ਆ ਕਿ ਉਹਨਾਂ ਦੇ ਨਾਲ ਇੰਨਾ ਧੱਕਾ ਹੋਇਆ। ਇਹ ਜਿਹੜਾ ਧੱਕਾ ਹੋਇਆ ਇਹਦੇ ਬਾਰੇ ਗੱਲ ਜਿਹੜੀ ਹੋਰ ਖੁੱਲ੍ਹ ਕੇ ਬਾਹਰ ਆਉਣੀ ਚਾਹੀਦੀ ਆ, ਬੇਸ਼ੱਕ ਅਸੀਂ 2019 ਦੇ ਵਿੱਚ ਵੀ ਹਾਂ, ਪਰ ਫਿਰ ਵੀ ਗ੍ਰਾਸੀ ਨੈਰੋ ਵਰਗੀਆਂ ਥਾਵਾਂ ਦੇ ਉੱਤੇ ਮੂਲ ਨਿਵਾਸੀਆਂ ਨੂੰ ਇਹ ਫਿਕਰ ਪਿਆ ਹੋਇਆ ਕਿ ਸਾਫ਼ ਪਾਣੀ ਪੀਣਾ ਕਿ ਨਹੀਂ। ਸੋ ਇਹ ਮੁੱਦਾ ਵੀ ਜਿਹੜਾ ਆ ਨਾਲ ਹੀ ਪੰਜਵੇਂ ਨੁਕਤੇ ਵਜੋਂ ਇਸ ਪਲੇਟਫਾਰਮ ਦੇ ਵਿੱਚ ਚੱਕਿਆ ਗਿਆ। ਗੁਰਪ੍ਰੀਤ, ਮੈਂ ਤੁਹਾਨੂੰ ਕੋਈ ਜਲਦ ਗੱਲ ਚਲਾਂ ਕਿ ਇਸ ਸਾਲ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ, ਅਤੇ ਗੁਰੂ ਨਾਨਕ ਸਾਹਿਬ ਨੇ ਇਸ ਗੱਲ ਦੀ ਸੇਧ ਦਿੱਤੀ ਸੀ ਸਿੱਖਾਂ ਨੂੰ ਕਿ ਬਾਬਰ ਨੂੰ ਜਾਬਰ ਕਹੋ ਜਾਂ ਜ਼ੁਲਮ ਦੇ ਖਿਲਾਫ਼ ਖੜ੍ਹੇ ਹੋ, ਉਸ ਨੁਕਤੇ ਤੋਂ ਜੇ ਅਸੀਂ ਗੱਲ ਕਰੀਏ ਤਾਂ ਇਸ ਦੀ ਕੀ ਅਹਿਮੀਅਤ ਹੈ ਇਸ ਕਿਸਮ ਦੇ ਨੁਕਤਿਆਂ ਦੀ, ਖਾਸ ਤੌਰ 'ਤੇ ਉਸ ਸਾਲ ਦੌਰਾਨ ਜਦੋਂ ਗੁਰੂ ਸਾਹਿਬ ਦਾ 550 ਜਨਮ ਦਿਹਾੜਾ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਦੁਨੀਆਂ ਭਰ 'ਚ? ਦੇਖੋ, 550 ਸਾਲਾਂ ਦਿਹਾੜਾ ਜਿਹੜਾ ਸਾਡੇ ਲਈ ਬਹੁਤ ਪਵਿੱਤਰ ਦਿਹਾੜਾ ਆ, ਬੜੇ ਜੋਸ਼ੋ ਖਰੋਸ਼ ਦੇ ਨਾਲ ਮਨਾਇਆ ਜਾ ਰਿਹਾ, ਪਰ ਮੇਰੇ ਹਿਸਾਬ ਦੇ ਨਾਲ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਆ ਸਾਡੇ ਲਈ ਸਦਾ ਲਈ ਆ, ਹਰ ਘੰਟੇ ਹਰ ਮਿੰਟ ਹਰ ਪਲ ਲਈ ਆ, ਕਿ ਜਦੋਂ ਵੀ ਤੁਸੀਂ ਗੱਲ ਕਰਨੀ ਆ ਮਨੁੱਖੀ ਅਧਿਕਾਰਾਂ ਦੀ ਕਰਨੀ ਆ, ਤਕੜੇ ਦੇ ਨਾਲ ਭਿੜਨ ਦੀ ਕਰਨੀ ਆ, ਮਾੜੇ ਦੇ ਨਾਲ ਖੜਨ ਦੀ ਕਰਨੀ ਆ, ਉਹ ਚਾਹੇ 550 ਸਾਲ ਆ ਤੇ ਚਾਹੇ 551 ਵੀ ਹੋਵੇ, ਸਾਡੇ ਲਈ ਓਨਾ ਹੀ ਅਹਿਮੀਅਤ ਰੱਖਦਾ, ਕਿਉਂਕਿ ਹਰ ਦਿਨ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਸਾਨੂੰ ਜਿਹੜਾ ਜ਼ੁਲਮ ਦੇ ਖਿਲਾਫ਼ ਲੜਨ ਦੀ ਗੱਲ ਕਰਦਾ। ਤੇ ਮੇਰੇ ਹਿਸਾਬ ਦੇ ਨਾਲ ਇਹ ਗੱਲ ਸਾਨੂੰ ਸਮਝਣੀ ਪੈਣੀ ਆ ਕਿ ਐਜ਼ ਏ ਸਿੱਖ, ਐਜ਼ ਏ ਗੁਰੂ ਨਾਨਕ ਦੇ ਅਨੁਯਾਈ, ਸਾਡਾ ਫਰਜ਼ ਬਣਦਾ ਆ ਜਿੱਥੇ ਕਿਤੇ ਵੀ ਤਕੜਾ ਧੱਕਾ ਕਰਦਾ ਉਹਦੇ ਉਲਟ ਟਾਇਰੈਂਟ ਨੂੰ ਪੁੱਛੀਏ ਵੀ ਤੂੰ ਧੱਕਾ ਕਿਉਂ ਕਰਦਾ ਆ। ਤੇ ਇਹ ਸਾਡੀ ਜਾਣੀ ਕਿ ਅਸੀਂ ਇੱਕ ਚੰਗੇ ਮੁਲਕਾਂ ਦੇ ਵਿੱਚ ਆ ਕੇ ਰਹਿ ਰਹੇ ਹਾਂ ਹੁਣ, ਜਿੱਥੇ ਕਿ ਸਾਨੂੰ ਖੁਦ ਨੂੰ ਕੋਈ ਖਤਰਾ ਨਹੀਂ ਹੈਗਾ, ਸਾਡੀ ਜਾਨ ਨੂੰ ਕੋਈ ਖਤਰਾ ਨਹੀਂ ਹੈਗਾ, ਸਾਡੇ ਕੰਮਕਾਰ ਵਧੀਆ ਨੇ, ਪਰ ਘੱਟੋ ਘੱਟ ਅਸੀਂ ਆਪਣਾ ਨੈਤਿਕ ਫਰਜ਼ ਪਛਾਣੀਏ, ਆਪਣਾ ਧਾਰਮਿਕ ਫਰਜ਼ ਪਛਾਣੀਏ, ਜਿਹੜਾ ਕਿ ਗੁਰੂ ਸਾਹਿਬ ਦਾ ਸੰਦੇਸ਼ ਆ ਉਹ ਤਕੜੇ ਨੂੰ ਜਵਾਬ ਦੇ ਜ਼ਰੂਰ ਬਣਾਈਏ ਅਤੇ ਮਾੜੇ ਦੇ ਨਾਲ ਖੜੀ। ਸੋ ਜਿਸ ਤਰ੍ਹਾਂ ਪੰਜਕਾਰੀ ਪ੍ਰੋਗਰਾਮ, ਤੁਸੀਂ ਸਮਝੋ ਕਿ ਉਸੇ ਵਿਚਾਰਧਾਰਾ ਦੀ ਕੰਟੀਨਿਊਸ਼ਨ ਹੈ, ਇਹ ਉਸੇ ਵਿਚਾਰਧਾਰਾ ਦੀ ਕੰਟੀਨਿਊਸ਼ਨ ਹੈ, ਅਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਇਹ ਜਿਹੜਾ ਐਤਕੀ ਇਹੋ ਜਿਹਾ ਕੋਈ ਨਵੇਕਲਾ ਉਦਮ ਜਿਹੜਾ ਕੀਤਾ ਗਿਆ ਆ। ਤੇ ਹੁਣ ਕਿਉਂਕਿ ਜਿਹੜਾ ਤੁਹਾਡਾ ਰੇਡੀਓ ਆ ਅਮੈਰੀਕਾ ਦੇ ਵਿੱਚ ਸੁਣਿਆ ਜਾਣਾ ਆ, ਤੇ ਮੈਨੂੰ ਲੱਗਦਾ ਕਿ ਇਹ ਤੋਂ ਗਾਂਹ ਵੀ ਹੋਰ ਜਿਹੜੇ ਗੁਰਦੁਆਰਾ ਕਮੇਟੀ ਹੈਗੀਆਂ ਜਾਂ ਸਿੱਖ ਸੋਸਾਇਟੀ ਹੈਗੀਆਂ ਸੇਧ ਲੈਣਗੀਆਂ ਇੱਥੋਂ, ਤੇ ਅਮਰੀਕਾ ਦੇ ਵਿੱਚ ਵੀ ਲੋਕ ਜਿਹੜੇ ਆ ਉਹ ਇੱਦਾਂ ਜਾਗਰੂਕ ਹੋਣਗੇ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜਿਹੜਾ ਉਹਨੂੰ ਮੰਨ ਕੇ ਲੋਕਾਂ ਦੇ ਨਾਲ ਲੋਕਾਈ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਨਾਲ ਖੜਨਾ ਸ਼ੁਰੂ ਕਰਨ। ਖਾਸ ਤੌਰ 'ਤੇ ਜਿਹੜਾ ਮੂਲ ਵਾਸੀਆਂ ਲਈ ਜਿਹੜਾ ਇਹਨਾਂ ਨੇ ਆਪਣੇ ਸਪੇਸ ਦਿੱਤੀ ਆਪਣੇ ਇਸ ਮੈਨੀਫੈਸਟੋ ਵਿੱਚ, ਉਹ ਆਪਣੇ ਵਿੱਚ ਬਹੁਤ ਸ਼ਲਾਘਾਯੋਗ ਹੈ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਜਿਵੇਂ ਗੁਰੂ ਤੇਗਬਹਾਦਰ ਸਾਹਿਬ ਦੀ ਸੋਚ ਸੀ ਕਿ ਦੂਜਿਆਂ ਦੇ ਹੱਕਾਂ ਦੇ ਲਈ ਵੀ ਖੜਨਾ ਉਹਨਾਂ ਨੇ ਸਿਖਾਇਆ ਲੋਕਾਂ ਨੂੰ। ਸੋ ਉਹਨਾਂ ਨੇ ਸਿਰਫ ਆਪਣੀ ਗੱਲ ਨਹੀਂ ਕੀਤੀ ਸਗੋਂ ਉਸ ਭਾਈਚਾਰੇ ਦੀ ਵੀ ਗੱਲ ਕੀਤੀ ਜਿਹੜਾ ਇੱਥੇ ਸਭ ਤੋਂ ਜ਼ਿਆਦਾ ਲਤਾੜਿਆ ਹੋਇਆ ਭਾਈਚਾਰਾ, ਕਿ ਇਸ ਦੀ ਅਹਿਮੀਅਤ ਬਾਰੇ ਕੀ ਕਹਿਣਾ ਚਾਹੋਗੇ? ਅਸਲ ਦੇ ਵਿੱਚ ਇਹ ਬਹੁਤ ਵੱਡੀ ਅਹਿਮੀਅਤ ਹੈ ਜੀ। ਇੱਕ ਤਾਂ ਵੈਸੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ ਕਿ ਜਿਨ੍ਹਾਂ ਨੇ ਸਾਨੂੰ ਆਪਣੀ ਧਰਤੀ ਦੇ ਉੱਤੇ ਰਹਿਣ ਦਾ ਮੌਕਾ ਦਿੱਤਾ, ਇੱਥੇ ਵਧਣ ਫੁੱਲਣ ਦਾ ਮੌਕਾ ਦਿੱਤਾ, ਆਪਣੇ ਧਰਮ ਦੀ ਗੱਲ ਕਰਨ ਦਾ ਮੌਕਾ ਦਿੱਤਾ, ਐਡੇ ਵੱਡੇ ਵੱਡੇ ਨਗਰ ਕੀਰਤਨ ਜਿਹੜੇ ਆ ਕੱਢਣ ਦਾ ਮੌਕਾ ਦਿੱਤਾ, ਸਾਨੂੰ ਸ਼ਰਮ ਦਿੱਤੀ, ਅਸੀਂ ਉਹਨਾਂ ਦੇ ਧੰਨਵਾਦੀ ਹਾਂ, ਬਹੁਤ ਬਹੁਤ ਧੰਨਵਾਦੀ ਹਾਂ। ਪਰ ਦੂਜੇ ਪਾਸੇ ਫਿਰ ਹੁਣ ਸਾਡਾ ਨੈਤਿਕ ਵੀ ਫਰਜ਼ ਬਣਦਾ ਕਿ ਜਿਹਨੇ ਸਾਡੇ ਲਈ ਇੰਨਾ ਕੁਛ ਕੀਤਾ ਕਿ ਜੇ ਉਹਦੇ ਨਾਲ ਧੱਕਾ ਹੋ ਰਿਹਾ ਤਾਂ ਅਸੀਂ ਉਹਦੇ ਨਾਲ ਖੜੀਏ, ਤੇ ਬਾਕੀ ਜਿਹੜਾ ਧਾਰਮਿਕ ਫਰਜ਼ ਵੀ ਬਣਦਾ। ਤੇ ਇਹ ਸ਼ੁਰੂਆਤ ਜਿਹੜੀ ਗੁਰਪ੍ਰੀਤ ਜੀ ਇਸ ਤਰ੍ਹਾਂ ਹੋਈ ਹੈ ਕਿ ਪਿਛਲੇ ਤਕਰੀਬਨ 3-4 ਸਾਲ ਤੋਂ ਮੈਂ ਦੇਖ ਰਿਹਾ ਕਿ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵੱਲੋਂ ਜਿਹੜਾ ਨਗਰ ਕੀਰਤਨ ਲਿਖਿਆ ਜਾਂਦਾ ਹਰ ਸਾਲ ਬਹੁਤ ਵੱਡਾ, ਜਿਹੜਾ ਕਿ ਭਾਰਤ ਤੋਂ ਬਾਹਰ ਦੁਨੀਆਂ ਦਾ ਸਭ ਤੋਂ ਵੱਡਾ ਜਿਹੜਾ ਸਿੱਖਾਂ ਦਾ ਇਕੱਠ ਉਹ ਨਿਬੜਦਾ ਜੀ, ਤੇ ਉਹਦੇ ਵਿੱਚ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਮੂਲ ਨਿਵਾਸੀ ਜਿਹੜਾ ਕੁਆਂਟਲ ਕਬੀਲਾ ਹੈਗਾ ਉਹਦੇ ਮੁਖੀ ਅਰਦਾਸ ਨਾਲ ਸ਼ੁਰੂ ਕਰਦੇ ਆ। ਬਿਲਕੁਲ, ਉੱਥੋਂ ਸ਼ੁਰੂ ਕੀਤੀ ਹੋਈ ਹੈ ਗੱਲ, ਤੇ ਉੱਥੋਂ ਇਹ ਗੱਲ ਹੁਣ ਗਾਂਹ ਤੱਕ ਇੱਥੇ ਤੱਕ ਪਹੁੰਚ ਰਹੀ ਹੈ, ਹੌਲੀ ਹੌਲੀ ਲੋਕ ਜਿਹੜੇ ਜਾਗਰੂਕ ਹੋ ਰਹੇ ਆ ਇਸ ਬਾਰੇ। ਬਿਲਕੁਲ,
ਗੁਰਪ੍ਰੀਤ, ਅਗਲੀ ਗੱਲ ਇਹ ਆ ਕਿ ਜਿਹੜਾ ਖਾਸ ਤੌਰ 'ਤੇ ਅਸੀਂ ਵੇਖਦੇ ਹਾਂ ਕਿ ਪਿਛਲੇ ਸਮੇਂ ਤੋਂ ਇੱਕ ਲੰਮੀ ਸਮੇਂ ਤੋਂ ਰਵਾਇਤ ਪਈ ਹੋਈ ਸੀ ਕਿ ਜਣਾ ਖਣਾ ਗੁਰਦੁਆਰਾ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਸਟੇਜ 'ਤੇ ਬਹਿ ਕੇ ਖੜ ਕੇ ਆਪਣੀ ਸਪੀਚਾਂ ਦੇਣ ਲੱਗ ਪੈਂਦਾ ਸੀ। ਖਾਸ ਤੌਰ 'ਤੇ ਚੋਣਾਂ ਵੇਲੇ ਇੱਕ ਰਵਾਇਤ ਚੱਲ ਪਈ ਸੀ ਕਿ ਜਿਹੜਾ ਮਰਜ਼ੀ ਜਾ ਕੇ ਟਾਈਮ ਲੈ ਕੇ ਆਪਣੀ ਗੱਲ ਕਹਿ ਸਕਦਾ ਸੀ। ਸੋ ਉਸ ਨੁਕਤੇ ਨਿਗਾਰਾਂ 'ਚ ਗੱਲ ਕਰੀਏ ਤਾਂ ਇਸ ਨੇ ਉਸ ਰਵਾਇਤ ਨੂੰ ਤੋੜਨ ਵਿੱਚ ਕਿੰਨਾ ਕੁ ਸਹਾਈ ਸਿੱਧ ਹੋਣਾ ਇਸ ਮੈਨੀਫੈਸਟੋ ਨੇ? ਦੇਖੋ ਗੁਰਪ੍ਰੀਤ ਜੀ, ਤੁਹਾਨੂੰ ਯਾਦ ਹੋਣਾ ਕਿ 2018 ਦੀ ਜੂਨ ਮਹੀਨੇ ਦੇ ਵਿੱਚ ਗੈਂਗ ਹਿੰਸਾ ਦੇ ਨਾਲ ਸੰਬੰਧਿਤ ਇੱਕ ਰੈਲੀ ਹੋਈ ਸੀ ਵੇਕਅਪ ਸਰੀ। ਉਸ ਰੈਲੀ ਦਾ ਜਿਹੜਾ ਮੁੱਖ ਮਕਸਦ ਸੀਗਾ ਗੈਂਗ ਹਿੰਸਾ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਤੇ ਜਿਹੜੇ ਸਾਡੇ ਸਿਆਸਤਦਾਨ ਨੇ, ਸਾਡੀ ਪੁਲਿਸ ਆ ਜਾਂ ਭਾਈਚਾਰਾ, ਉਹਨਾਂ ਨੂੰ ਜਵਾਬਦੇਹ ਬਣਾਉਣਾ, ਇੱਕ ਪਿਰਤ ਸ਼ੁਰੂ ਕਰਨੀ ਕਿ ਸਵਾਲ ਕਰੋ। ਇਹ ਜਿਹੜੇ ਪੋਲੀਟੀਸ਼ਨ ਹੈਗੇ ਆ, ਕੋਈ ਭਿੱਜ ਨਹੀਂ ਹੈਗੇ, ਤੁਸੀਂ ਉਹਨਾਂ ਨੂੰ ਪੁੱਛ ਨਹੀਂ ਸਕਦੇ ਕੁਛ। ਸੋ ਉਹ ਜਿਹੜੀ ਉੱਥੋਂ ਗੱਲ ਸ਼ੁਰੂ ਹੋਈ ਆ, ਲੋਕ ਸਵਾਲ ਕਰਨ ਲੱਗੇ ਆ ਜੀ। ਲੋਕ ਜਿਹੜੇ ਆ ਹੁਣ ਪੋਲੀਟੀਸ਼ਨਾਂ ਨੂੰ ਘੇਰ ਕੇ, ਕਿਤੇ ਚਾਹੇ ਇਕੱਲੇ ਹੋਣ ਜਾਂ ਕਿਤੇ ਸਭਾ 'ਚ, ਉਹ ਪੁੱਛਣ ਲੱਗੇ ਆ। ਸੋ ਇਹ ਇੱਕ ਉਹਦੀ ਗਾਂ ਕਹਿ ਲਓ ਪਿਰਤ ਹੈਗੀ ਆ, ਉਹਦਾ ਗਾਹਾਂ ਅੱਗੇ ਤੋਰਾ ਹੈਗਾ। ਤੁਸੀਂ ਦੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਹੁਣ ਪਤਾ ਲੱਗ ਗਿਆ, ਇੱਕ ਦੱਸਣ ਦੀ ਗੱਲ ਹੁੰਦੀ ਆ ਕਿ ਵੀ ਤੁਸੀਂ ਜ਼ਰੂਰੀ ਨਹੀਂ ਕਿ ਉਹਨਾਂ ਚਾਪਲੂਸੇ ਬਣਨਾ ਆ, ਤੁਸੀਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਕੁਝ ਪੁੱਛਣਾ ਨਹੀਂ ਹੈਗਾ, ਤੁਹਾਡਾ ਹੱਕ ਹੈਗਾ, ਤੁਸੀਂ ਉਹਨਾਂ ਨੂੰ ਪੁੱਛੋ, ਜਵਾਬ ਦੇ ਬਣਾਓ, ਅਕਾਊਂਟੇਬਿਲਟੀ ਲਵੋ, ਇਹਨਾਂ ਦੀ ਮੈਜਰਮੈਂਟ ਕਰੋ। ਸੋ ਉਸ ਕਰਕੇ ਜਿਹੜਾ ਆ ਇਹ ਸਾਰਾ ਕੁਝ ਗਾਂਹ ਹੋ ਰਿਹਾ। ਮੈਨੂੰ ਲੱਗਦਾ ਇਹ ਬਹੁਤ ਵਧੀਆ ਗੱਲ ਆ, ਮੈਂ ਬਹੁਤ ਖੁਸ਼ ਹਾਂ ਇਸ ਗੱਲ ਦੇ ਉੱਤੇ ਕਿ ਅਸੀਂ ਚਾਪਲੂਸੀ ਜਿਹੜੀ ਆ ਉਹ ਛੱਡ ਰਹੇ ਹਾਂ ਤੇ ਜਵਾਬਦੇਹੀ ਵੱਲ ਨੂੰ ਵੱਧ ਰਹੇ ਹਾਂ। ਬਿਲਕੁਲ। ਹੁਣ ਅਗਲੀ ਗੱਲ ਕਰਦੇ ਕਿ ਜਿਹੜੇ ਦੋ ਸਵਾਲ ਆਪਸ ਵਿੱਚ ਬੜੇ ਗੂੜੇ ਢੰਗ ਨਾਲ ਗਹਿ ਗੱਚ ਨੇ, ਇੱਕ ਤਾਂ ਜਿਹੜਾ ਜਿਹੜੀ ਪਬਲਿਕ ਸੇਫਟੀ ਰਿਪੋਰਟ, ਵਿਵਾਦਗ੍ਰਸਤ ਰਿਪੋਰਟ ਜਿਹੜੀ ਕੱਢੀ ਗਈ, ਜਿਸ ਵਿੱਚ ਸਿੱਖਾਂ ਨੂੰ ਅੱਤਵਾਦ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਬਲੈਕਆਊਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਨਾਲ ਹੀ ਜਿਹੜੀ ਭਾਰਤੀ ਏਜੰਸੀਆਂ ਦੀ ਮੁਦਾਖਲਤ ਉਸ ਦੇ ਨਾਲ ਜੁੜਿਆ ਹੋਇਆ ਸਵਾਲ, ਇਹਨਾਂ ਦੇ ਵਿੱਚ ਇੱਕ ਆਪਸ ਵਿੱਚ ਇੱਕ ਇਹਨਾਂ ਦਾ ਬਹੁਤ ਗੂੜਾ ਨਾਤਾ ਦੋਨਾਂ ਸਵਾਲਾਂ ਦਾ, ਇਹਦੇ ਬਾਰੇ ਇਸਦੀ ਅਹਿਮੀਅਤ ਦੇ ਬਾਰੇ, ਖਾਸ ਤੌਰ 'ਤੇ ਇਹਨਾਂ ਚੋਣਾਂ ਸਮੇਂ ਜਦੋਂ ਸੀਜ਼ਨ ਦੀ ਰਿਪੋਰਟ ਵੀ ਆ ਕੇ ਹਟੀ ਕਿ ਫੋਰਨ ਇੰਟਰਫੇਰੈਂਸ ਵਧੇਗੀ, ਕੀ ਦੱਸਣਾ ਚਾਹੋਗੇ ਇਹਦੇ ਬਾਰੇ? ਦੇਖੋ ਜਿਹੜੇ ਸਿੱਖ ਨੇ ਜੀ ਇੱਥੇ, ਉਹ ਤਾਂ ਬਹੁਤ ਚਿਰ ਤੋਂ ਰੌਲਾ ਪਾ ਰਹੇ ਆ ਕਿ ਏਅਰ ਇੰਡੀਆ ਵੇਲੇ ਤੋਂ ਕਿ ਇੱਥੇ ਭਾਰਤੀ ਦਖਲਅੰਦਾਜ਼ੀ ਜਿਹੜੀ ਆ ਬਹੁਤ ਹੈਗੀ, ਤੇ ਜੇ ਉਹ ਦਖਲਅੰਦਾਜ਼ੀ ਨਾ ਹੁੰਦੀ ਤਾਂ ਸ਼ਾਇਦ ਅੱਜ ਏਅਰ ਇੰਡੀਆ ਦੇ ਜਿਹੜੇ ਦੋਸ਼ੀ ਆ ਉਹ ਜੇਲ੍ਹਾਂ ਦੇ ਸਲਾਖਾਂ ਪਿੱਛੇ ਹੁੰਦੇ, ਤੇ ਲੋਕਾਂ ਨੂੰ ਪਤਾ ਵੀ ਹੁੰਦਾ ਕਿ ਧਮਾਕਾ ਜਿਹੜਾ ਕਿਹਨੇ ਕਰਵਾਇਆ ਹੈਗਾ। ਉਸ ਤੋਂ ਬਾਅਦ ਦੇ ਵਿੱਚ ਹੁਣ ਜਿਵੇਂ ਜਿਵੇਂ ਸਿੱਖ ਕਹਿੰਦੇ ਆ ਰਹੇ ਸੀਗੇ ਪਰ ਕੁਛ ਸੁਣ ਨਹੀਂ ਸੀ ਗਿਆ, ਪਬਲਿਕ ਸੇਫਟੀ ਰਿਪੋਰਟ ਵਿੱਚ ਨਾਂ ਪੈਣ ਤੋਂ ਬਾਅਦ ਗੱਲ ਸਾਹਮਣੇ ਆ ਗਈ ਖੁੱਲ੍ਹ ਕੇ ਕਿ ਕਿਵੇਂ ਜਿਹੜੀ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਆ ਉਹ ਮੱਖੀ ਦੇ ਮੱਖੀ ਮਾਰ ਰਹੀਆਂ ਉਹਨਾਂ ਰਿਪੋਰਟਾਂ ਦੇ ਉੱਤੇ ਜਿਹੜੀ ਕਿ ਭਾਰਤ ਸਰਕਾਰ ਵੱਲੋਂ ਬਣਾ ਕੇ ਭੇਜੀ ਜਾਂਦੀ ਆ, ਉਹ ਵੈਰੀਫਾਈ ਵੀ ਨਹੀਂ ਕਰਦੇ ਕਿ ਜਿਹੜੀ ਭਾਰਤ ਸਰਕਾਰ ਜਿਹੜੀ ਆ ਵੀ ਉਹ ਰਿਪੋਰਟ ਭੇਜ ਰਹੀ ਆ, ਉਹਦੇ ਵਿੱਚ ਕੋਈ ਝੂਠ ਕਿੰਨਾ ਗਿਆ, ਉਹਦੇ 'ਚ ਗੱਲ ਨੂੰ ਵਧਾਇਆ ਕਿੰਨਾ ਕੁ ਗਿਆ ਆ, ਜਾਂ ਉਹਨਾਂ ਦਾ ਆਪਣਾ ਏਜੰਡਾ ਕਿੰਨਾ ਗਿਆ। ਸੋ ਉਹ ਜਿਹੜੀ ਦਖਲਅੰਦਾਜ਼ੀ ਹੈਗੀ ਆ ਉਹ ਹੁਣ ਖੁੱਲ੍ਹ ਕੇ ਦਿਸਣ ਲੱਗੀ ਆ ਇਹਨਾਂ ਨੂੰ, ਕੈਨੇਡੀਅਨ ਸੁਰੱਖਿਆ ਏਜੰਸੀਆਂ ਨੂੰ, ਮੈਂ ਕਹਿ ਸਕਦਾ 35-40 ਸਾਲ ਬਾਅਦ ਜਾ ਕੇ ਜੀ। ਤੇ ਇਹ ਚੰਗੀ ਗੱਲ ਹੋਈ ਆ ਕਿ ਬੇਨਕਾਬ ਹੋਈ ਆ ਗੱਲ, ਤੇ ਜੇ ਸਿੱਖ ਜਥੇਬੰਦੀਆਂ ਅਮਰੀਕਾ ਕੈਨੇਡਾ ਦੀਆਂ ਇੱਦਾਂ ਜਾਗਦੀਆਂ ਰਹੀਆਂ ਤਾਂ ਜਵਾਬਦੇਹੀ ਕਰਦੀਆਂ ਰਹੀਆਂ ਤਾਂ ਇਸ ਤਰ੍ਹਾਂ ਹੀ ਹੋਰ ਖੁਲਾਸੇ ਜਿਹੜੇ ਆ ਬਾਹਰ ਹੁੰਦੇ ਰਹਿਣਗੇ। ਇਸ ਤੋਂ ਇਲਾਵਾ ਗੁਰਪ੍ਰੀਤ, ਤੁਹਾਡੇ ਕੋਲ ਮੈਂ ਅਖੀਰ 'ਤੇ ਜਾਣਨਾ ਚਾਹੂੰਗਾ ਕਿ ਜਿਹੜਾ ਜਦੋਂ ਦੀ ਇਹ ਗੱਲ ਚੱਲੀ ਹੈ, ਇਹ ਮੈਨੀਫੈਸਟੋ ਤਿਆਰ ਕੀਤਾ ਗਿਆ, ਹੁਣ ਤੱਕ ਕਿੰਨੇ ਕੁ ਉਮੀਦਵਾਰਾਂ ਦੀ ਜਵਾਬਦੇਹੀ ਹੋਈ ਹੈ ਜਾਂ ਕਿੰਨੇ ਕੁ ਉਮੀਦਵਾਰ ਭੱਜੇ ਨੇ ਇਹਨਾਂ ਸਵਾਲਾਂ ਤੋਂ, ਇਹਦੇ ਬਾਰੇ 'ਚ ਕੋਈ ਵੇਰਵੇ ਦੱਸ ਸਕੋ? ਇਹਦੇ ਬਾਰੇ ਜਿਹੜੇ ਅਸਲੀ ਵੇਰਵੇ ਤਾਂ ਜੀ ਜਿਹੜੇ ਇਹ ਜਾਰੀ ਕਰਨ ਵਾਲੇ ਨੇ ਉਹ ਦੱਸ ਸਕਦੇ ਆ, ਕਿਉਂਕਿ ਉਹਨਾਂ ਦਾ ਸਿੱਧਾ ਸੰਪਰਕ ਹੈਗਾ ਉਮੀਦਵਾਰਾਂ ਦੇ ਨਾਲ, ਵੀ ਕਿਹਨੂੰ ਕਿਹਨੂੰ ਉਹਨਾਂ ਨੇ ਕੰਟੈਕਟ ਕੀਤਾ, ਕਿਹਨੇ ਕਿਹਨੇ ਜਵਾਬ ਦਿੱਤਾ। ਪਰ ਜੇ ਜਨਤਕ ਤੌਰ ਦੇ ਉੱਤੇ ਗੱਲ ਕਰੀਏ ਤਾਂ ਇੱਕ ਜਿਹੜੀ ਡਿਬੇਟ ਹੈਗੀ ਆ, ਸਰੀ ਨਿਊਟਨ ਦੇ ਜਿਹੜੇ ਹਲਕੇ ਦੇ ਉਮੀਦਵਾਰ ਨੇ ਉਹਨਾਂ ਦੇ ਵਿਚਾਰੇ ਪਿਛਲੇ ਸੋਮਵਾਰ ਜਿਹੜਾ ਲੰਘ ਕੇ ਗਿਆ, ਇਹਦੇ ਗ੍ਰੈਂਡ ਤਾਜ ਬੈਂਕਟ ਹਾਲ 'ਚ ਲੀਕੀ ਗਈ ਸੀਗੀ, ਜਿੱਥੇ ਕਿ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਲਿਬਰਲ ਪਾਰਟੀ ਸੁੱਖ ਧਾਲੀਵਾਲ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀਗਾ, ਇਹਦੇ ਨਾਲ ਹੀ ਜਿਹੜੇ NDP ਦੇ ਹਰਜੀਤ ਗਿੱਲ ਤੇ ਕੰਜ਼ਰਵੇਟਿਵ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ ਸੱਦਾ ਦਿੱਤਾ ਗਿਆ ਸੀਗਾ। ਪਰ ਜਿਹੜੇ ਪ੍ਰਬੰਧਕ ਨੇ ਜਿਹਨਾਂ ਦੇ ਵਿੱਚੋਂ ਜਿਹੜਾ ਪਲੇਟਫਾਰਮ ਜਾਰੀ ਕਰਨ ਵਾਲੇ ਹਰਦੀਪ ਸਿੰਘ ਮੇਜਰ, ਉਹਨਾਂ ਨੇ ਦੱਸਿਆ ਕਿ ਜਿਹੜੇ ਬਾਕੀ ਦੋ ਉਮੀਦਵਾਰ ਸੀਗੇ ਉਹ ਆਉਣ ਲਈ ਰਾਜ਼ੀ ਸੀਗੇ, ਪਰ ਸੁੱਖ ਧਾਲੀਵਾਲ ਦੀਆਂ ਕੁਝ ਸ਼ਰਤਾਂ ਸੀਗੀਆਂ, ਤੇ ਉਹ ਸ਼ਰਤਾਂ ਜਿਹੜੀਆਂ ਪਤਾ ਲੱਗਿਆ ਕਿ ਇਹੀ ਸੀਗੀਆਂ ਕਿ ਉਹ ਪਬਲਿਕ ਦੇ ਵਿੱਚ ਆ ਕੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਸੀ ਕਰਨਾ ਚਾਹੁੰਦੇ। ਉਹ ਕਹਿੰਦੇ ਸੀ ਕਿ ਮੈਨੂੰ ਇਕੱਲਾ ਬਿਠਾ ਕੇ ਪੁੱਛ ਲਓ, ਤੁਸੀਂ ਰਿਕਾਰਡ ਕਰ ਲਓ ਜਾਂ ਕਿਸੇ ਪੇਪਰ ਦੇ ਉੱਤੇ ਕੋਈ ਲਿਖਾਉਣਾ ਲਿਖਾ ਲਓ, ਪਰ ਮੈਂ ਲੋਕਾਂ ਦੇ ਵਿੱਚ ਆ ਕੇ ਨਹੀਂ ਜਿਹੜੀ ਇਹ ਗੱਲ ਕਰਨਾ ਚਾਹੁੰਦਾ, ਇਹ ਮੈਨੂੰ ਇੰਨਾ ਕੁ ਪਤਾ ਲੱਗਿਆ। ਗੁਰਪ੍ਰੀਤ, ਇਸ ਨਾਲ ਜੁੜਿਆ ਸਵਾਲ ਅਖੀਰ 'ਚ ਮੈਂ ਜਾਣਨਾ ਚਾਹੁੰਦਾ ਕਿ ਜਿਹੜਾ ਜਸਟ ਫੋਰ ਦ ਕਲੈਰੀਫਿਕੇਸ਼ਨ, ਇੱਕ ਜਿਹੜੀ ਅਫਵਾਹ ਉਡਾਈ ਗਈ ਕਿ ਗੁਰੂ ਘਰ ਦੇ ਵਿੱਚ ਇਹ ਡਿਬੇਟ ਹੋਣੀ ਸੀ, ਅਸੀਂ ਉੱਥੇ ਕਾਹਦੇ ਜਾਈਏ, ਜਦੋਂ ਕਿ ਡਿਬੇਟ ਹੋਣੀ ਸੀ ਗ੍ਰੈਂਡ ਤਾਜ ਬੈਂਕਟ ਹਾਲ 'ਚ, ਗੁਰਦੁਆਰੇ 'ਚ ਨਹੀਂ ਸੀ ਹੋਣੀ। ਦੂਜੀ ਗੱਲ ਇਹ ਸੀ ਕਿ ਨਾਲ ਜੁੜੀ ਹੋਈ ਕਿ ਜਦੋਂ ਹੁਣ ਤੱਕ ਇਹ ਸਾਰੇ ਸਿਆਸਤਦਾਨ ਗੁਰਦੁਆਰਿਆਂ 'ਚ ਜਾ ਕੇ ਝੋਲੀਆਂ ਅੱਡ ਅੱਡ ਕੇ ਵੋਟਾਂ ਮੰਗਦੇ ਰਹੇ ਨੇ, ਹੁਣ ਇਸ ਗੱਲ ਨੂੰ ਕਹਿ ਕੇ ਪਤਰਾ ਵਾਜ ਗਏ ਨੇ ਕਿ ਅਸੀਂ ਗੁਰਦੁਆਰਿਆਂ 'ਚ ਕਿਉਂ ਡਿਬੇਟਾਂ ਹੋਣ ਦੇਈਏ ਜਾਂ ਗੁਰਦੁਆਰੇ ਵਾਲੇ ਡਿਬੇਟਾਂ ਕਰਾਉਣ ਵਾਲੇ ਕੌਣ ਹੁੰਦੇ ਨੇ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹ ਦੋਗਲੀ ਨੀਤੀ ਹੈ ਜੀ। ਪਹਿਲੀ ਗੱਲ ਤਾਂ ਇਹ ਬਿਲਕੁਲ ਗੁੰਮਰਾਹ ਕਰਨ
ਉਹ ਪਾਰਕਿੰਗ ਲਾਟ ਦੇ ਜਿਹੜਾ ਟੈਂਟ ਲੱਗਾ ਉੱਥੇ ਹੋ ਸਕਦੀ ਸੀ, ਸੀਨੀਅਰ ਸੈਂਟਰ ਚ ਹੋ ਸਕਦੀ ਸੀ ਜਾਂ ਕਿਸੇ ਹੋਰ ਤਾਂ ਹੋ ਸਕਦੀ ਸੀ ਜੀ, ਉਹ ਸੀਗੀ ਨੀ ਉੱਥੇ, ਫਿਰ ਵੀ ਉਹ ਬੈਂਕਟ ਹਾਲ ਉਹਦੇ ਵਾਸਤੇ ਲਿਆ ਗਿਆ ਸੀਗਾ। ਤੇ ਦੂਜੀ ਗੱਲ ਹੈਗੀ ਆ ਕਿ ਇੱਥੋਂ ਹੀ ਦੋਗਲਾ ਜਿਹੜੀ ਦੋਗਲਾਪਨ ਹੈਗਾ ਬਾਹਰ ਆਉਂਦਾ, ਕਿ ਤੁਸੀਂ ਗੁਰਦੁਆਰਾ ਸਾਹਿਬ ਦੀ ਸਟੇਜ ਹੋ ਜਾ ਕੇ ਵੋਟਾਂ ਮੰਗ ਸਕਦੇ ਆ, ਪਰ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਲੋਕ ਸਵਾਲ ਨੀ ਕਰ ਸਕਦੇ। ਸਵਾਲ ਕਿਉਂ ਨੀ ਕਰ ਸਕਦੇ? ਕਿਉਂਕਿ ਪਤਾ ਹੈ ਵੀ ਜੇ ਸਵਾਲ ਕੀਤੇ ਤਾਂ ਬਹੁਤ ਕੁਝ ਬੇਨਕਾਬ ਹੋਣਾ ਆ, ਤੇ ਲੋਕ ਪਰ ਸਮਝ ਗਏ ਜੀ ਸਾਰੀ ਗੱਲ ਨੂੰ ਕਿ ਪੋਲੀਟੀਸ਼ੀਅਨ ਜਿਹੜੇ ਆ ਉਹ ਵਨ ਵੇ ਟ੍ਰੈਫਿਕ ਕਰਨਾ ਚਾਹੁੰਦੇ ਵੀ ਸਾਡੀਆਂ ਸੁਣੋ, ਅਸੀਂ ਨੀ ਤੁਹਾਡੀ ਕੋਈ ਵੀ ਸੁਣਨੀ। ਗੁਰਪ੍ਰੀਤ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਸਾਡੀ ਸ਼ੋਅ ਵਿੱਚ ਆਉਣ ਤੋਂ ਕੋਈ ਗੱਲ ਰਹਿ ਗਈ ਹੋ ਆਪਣੇ ਵੱਲੋਂ ਐਡ ਕਰਨੀ ਚਾਹੋ ਕਰ ਸਕਦੇ ਹੋ? ਬਸ ਇਹੀ ਕਹਾਂਗਾ ਜੀ, ਜਿਹਨੇ ਵੀ ਸੁਣਨਾ ਕਿ ਇਹ ਜਿਹੜੇ ਸਿਸਟਮ ਨੇ ਪੱਛਮੀ ਮੁਲਕਾਂ ਦੇ, ਇਹਦੇ ਨਾਲ ਤੁਹਾਨੂੰ ਅਧਿਕਾਰ ਦਿੱਤਾ ਵੋਟ ਦਾ, ਇਹਨਾਂ ਨੇ ਤੁਹਾਨੂੰ ਅਧਿਕਾਰ ਦਿੱਤਾ ਆਪਣੇ ਰਾਈਟਸ ਦਾ ਪੁੱਛਣ ਦਾ। ਜਿਹੜਾ ਵੀ ਕੋਈ ਤੁਹਾਡਾ ਚਾਹੇ ਸਿਟੀ ਦਾ ਕੋਈ ਉਮੀਦਵਾਰ ਆ, ਚਾਹੇ ਉਹ ਤੁਹਾਡਾ ਕੋਈ ਪ੍ਰੋਵਿੰਸ ਦਾ ਸੂਬੇ ਦਾ ਉਮੀਦਵਾਰ ਆ ਜਾਂ ਕੋਈ ਰਾਸ਼ਟਰ ਦਾ ਉਮੀਦਵਾਰ ਆ, ਤੁਹਾਡੇ ਮਨ ਵਿੱਚ ਜੋ ਸਵਾਲ ਹੈਗੇ ਆ ਉਹਨਾਂ ਨੂੰ ਖੁੱਲ੍ਹ ਕੇ ਪੁੱਛੋ, ਤੇ ਉਹ ਜਿਹੜੀਆਂ ਗੱਲਾਂ ਹੈਗੀਆਂ ਜੋ ਸਾਡੇ ਨੈਤਿਕ ਫਰਜ਼ ਬਣਦੇ ਉਹਨਾਂ ਨੂੰ ਪੂਰਾ ਕਰੋ, ਇਹਨਾਂ ਨੂੰ ਜਵਾਬਦੇਹ ਬਣਾਓ, ਤਾਂ ਹੀ ਅਸੀਂ ਇਹਨਾਂ ਮੁਲਕਾਂ ਨੂੰ ਸੇਫ ਕਰਕੇ ਰੱਖ ਸਕਾਂਗੇ। ਵਰਨਾ ਇੱਥੇ ਵੀ ਅਸੀਂ ਭਾਰਤ ਵਰਗਾ ਮਾਹੌਲ ਜਿਹੜਾ ਜਲਦੀ ਬਣਾ ਲੈਣਾ ਆ, ਜਿਹੜੀ ਚਾਪਲੂਸੀ ਦੇ ਵਿੱਚ ਹੀ ਲਿਪਤ ਰਹੇ। ਚਾਪਲੂਸੀਆਂ ਕਰਨਾ ਛੱਡੋ, ਜਿੱਥੇ ਕੁਝ ਗਲਤ ਹੁੰਦਾ ਹੈ ਉਹਨਾਂ ਬਾਰੇ ਲੀਡਰ ਨੂੰ ਸਵਾਲ ਕਰਨੇ ਸ਼ੁਰੂ ਕਰੋ। ਬਹੁਤ ਅੱਛੇ, ਬਹੁਤ ਸ਼ੁਕਰੀਆ ਗੁਰਪ੍ਰੀਤ, ਫਿਰ ਮੁਲਾਕਾਤ ਹੋਵੇਗੀ। ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਦੋਸਤੋ, ਅਸੀਂ ਗੁਰਪ੍ਰੀਤ ਸਿੰਘ ਸੋਤਾ ਸਾਡੇ ਅੱਜ ਦੇ ਸੈਗਮੈਂਟ ਦੇ ਮਹਿਮਾਨ, ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਦੀ ਇਜਾਜ਼ਤ। ਧੰਨਵਾਦ, ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।